ਡਾਕਟਰ ਅਲੀ ਕਨਾਨੀ ਆਰਥੋਡੋਂਟਿਕਸ ਦੇ ਸਰਟੀਫਾਈਡ ਸਪੈਸ਼ਲਿਸਟ ਹਨ ਜੋ ਹਰ ਕਿਸਮ ਦੀਆਂ ਦੰਦਾਂ ਦੀਆਂ ਪ੍ਰੋਬਲਮਸ ਨੂੰ ਸੋਲਵ ਕਰਦੇ ਹਨ। ਆਰਥੋਕੈਡ ਆਈਕਿਊ ਦੇ ਕੰਪਿਊਟਰ ਗਾਈਡਡ ਸਿਸਟਮ ਨਾਲ ਆਪਟੀਮਲ ਬ੍ਰੈਕਟ ਪਲੇਸਮੈਂਟ ਕਰਦੇ ਹਨ। ਮਿੰਨੀ ਸਟੇਨਲੈਸ ਸਟੀਲ ਬ੍ਰੇਸਿਸ, ਗੋਲਡ ਬ੍ਰੇਸਿਸ, ਕਲੀਅਰ ਬ੍ਰੇਸਿਸ ਤੇ ਇਨਵਿਸਲਾਈਨ ਸਿਸਟਮ ਵੀ ਉਪਲਬਧ ਹੈ। ਜੇਕਰ ਬੱਚਿਆਂ ਨੂੰ ਖਾਣਾ ਚਬਾਉਣ ਵਿੱਚ ਮੁਸ਼ਕਿਲ ਆਉਂਦੀ ਹੈ, ਸਪੀਚ ਪ੍ਰੋਬਲਮਸ ਜਾਂ ਐਬਨੋਰਮਲ ਬਾਈਟਸ ਹਨ ਤਾਂ ਪਹੁੰਚੋ ਡਾਕਟਰ ਅਲੀ ਕਨਾਨੀ ਕੋਲ। ਕ੍ਰੀਏਟਿੰਗ ਬਿਊਟੀਫੁਲ ਸਮਾਈਲਸ, ਇਲਾਜ ਕਰਾਓ ਤੇ ਏਅਰਮਾਈਲਸ ਵੀ ਪਾਓ। ਕਮਾਇਮਾ ਕਾਲਜ ਸਕੂਲ ਆਫ ਨਰਸਿੰਗ ਡੀਸੀ ਦੇ ਰਜਿਸਟਰਡ ਹੈਲਥ ਕੇਅਰ ਅਸਿਸਟੈਂਟ ਟ੍ਰੇਨਿੰਗ ਪ੍ਰੋਵਾਈਡਰ ਹਨ। ਇਹਨਾਂ ਕੋਲ ਵਿਦਿਆਰਥੀਆਂ ਨੂੰ ਉੱਚ ਮਿਆਰ ਦੀ ਵਿਦਿਆ ਦੇਣ ਲਈ ਵਚਨਬੱਧ ਸਰਟੀਫਾਈਡ ਟੀਚਰਸ ਹਨ। ਰੈਜ਼ੀਡੈਂਟ ਕੇਅਰ ਏਡ, ਹੈਲਥ ਕੇਅਰ ਅਸਿਸਟੈਂਟ, ਲਾਂਗ ਟਰਮ ਕੇਅਰ ਏਡ, ਹੋਮ ਸਪੋਰਟ ਵਰਕਰ, ਇੰਟਰਨੈਸ਼ਨਲੀ ਐਜੂਕੇਟਡ ਨਰਸ ਲਾਇਸੈਂਸ਼ਰ ਪ੍ਰਿਪਰੇਸ਼ਨ, ਪ੍ਰੀਨੇਟਲ ਕਲਾਸਿਸ ਐਂਡ ਅਦਰ ਨਰਸਿੰਗ ਵਰਕਸ਼ਾਪਸ। PCTIA ਤੋਂ ਮਾਨਤਾ ਪ੍ਰਾਪਤ ਕਮਾਇਮਾ ਕਾਲਜ ਨੂੰ ਕਾਲ ਕਰੋ 6045935178। ਅਵਲ ਅੱਲਾ ਨੂਰ ਰੁਪਏ ਕੁਦਰਤ ਕੇ ਸੰਬੰਧੇ ਇਸੀ ਕੋਨਸੈਪਟ ਨੂੰ ਮੁੱਖ ਰੱਖਦੇ ਹੋਏ ਗੁਰੂ ਨਾਨਕ ਫਰੀ ਕਿਚਨ ਵੱਲੋਂ ਹਰ ਹਫ਼ਤੇ ਜਾ ਕੇ ਡਾਊਨਟਾਊਨ ਈਸਟ ਸਾਈਡ ਵਿੱਚ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ ਲੰਗਰ ਦੇ ਰਾਹੀਂ। ਆਓ ਇਸੀ ਸੰਬੰਧ ਵਿੱਚ ਕੁਝ ਜਾਣਕਾਰੀ ਲੈਂਦੇ ਕਿ ਹਾਲ ਹੀ ਵਿੱਚ ਗੁਰੂ ਨਾਨਕ ਸਾਹਿਬ ਦਾ ਜਿਹੜਾ ਅਵਤਾਰ ਪੁਰਬ ਮਨਾਇਆ ਗਿਆ, ਕਿਸ ਤਰੀਕੇ ਨਾਲ ਗੁਰੂ ਨਾਨਕ ਫਰੀ ਕਿਚਨ ਨੇ ਉੱਥੇ ਜਾ ਕੇ ਮਨਾਇਆ ਅਤੇ ਕੀ ਮੈਸੇਜ ਕਮਿਊਨਿਟੀ ਨੂੰ ਦੇਣਾ ਚਾਹੁੰਦੇ ਨੇ। ਇਸ ਵਾਸਤੇ ਮੇਰੇ ਨਾਲ ਸਾਥ ਦੇਣ ਕੇ ਪ੍ਰੋਗਰਾਮ ਵਿੱਚ ਇਸ ਸੰਸਥਾ ਨਾਲ ਜੁੜੇ ਹੋਏ ਕੋਆਰਡੀਨੇਟਰ ਤੇਜਿੰਦਰ ਕੌਰ ਜੀ। ਆਓ ਸਵਾਗਤ ਕਰਦੇ ਹਾਂ ਤੇਜਿੰਦਰ ਕੌਰ ਦਾ। ਜੈ ਹਿੰਦ ਜੀ, ਵੈਲਕਮ ਟੂ ਦ ਪ੍ਰੋਗਰਾਮ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਸੋ ਹਰ ਹਫ਼ਤੇ ਜਾਣਾ ਜਿਹੜਾ ਕਿ ਬਾਰਿਸ਼ ਹੋਵੇ, ਮੀਂਹ ਪਵੇ, ਬਰਫ਼ ਪਵੇ ਜਾਂ ਧੁੱਪ ਹੋਵੇ, ਤੁਸੀਂ ਉੱਥੇ ਜਾ ਕੇ ਡਾਊਨਟਾਊਨ ਈਸਟ ਸਾਈਡ ਜਾਂਦੇ ਹੈਗੇ ਹੋ। ਸੋ ਕੀ ਮੁੱਖ ਮਕਸਦ ਕੀ ਹੈਗਾ ਗੁਰੂ ਨਾਨਕ ਫਰੀ ਕਿਚਨ ਦਾ ਉੱਥੇ ਜਾਣ ਦਾ? ਮੁੱਖ ਮਕਸਦ ਸੇਵਾ ਕਰਨ ਦਾ ਹੈਗਾ ਜੀ। ਗੁਰੂ ਨਾਨਕ ਦੇਵ ਜੀ, ਗੁਰੂ ਨਾਨਕ ਫਰੀ ਕਿਚਨ ਦਾ ਨਾਮ ਗੁਰੂ ਨਾਨਕ ਦੇਵ ਜੀ ਦੇ ਉੱਤੇ ਰੱਖਿਆ ਗਿਆ, ਬਿਕਾਜ਼ ਉਹਨਾਂ ਦੇ ਸੱਚੇ ਸੌਦੇ, ਜਿਹੜਾ ਉਹਨਾਂ ਦਾ ਪ੍ਰਿੰਸੀਪਲ ਸੀਗਾ। ਅਸੀਂ ਸਾਰੇ ਜਣਿਆਂ ਦਾ ਇਹੀ ਸੋਚਣਾ, ਔਰ ਤਾਂ ਕਰਕੇ ਹੀ ਨਾਂ ਰੱਖਿਆ ਗਿਆ ਸੀਗਾ ਕਿ ਲੰਗਰ ਦੀ ਮਰਿਆਦਾ ਉਹਨਾਂ ਨੇ ਸੱਚੇ ਸੌਦੇ ਦੇ ਨਾਲ ਰੱਖਤੀ ਸੀਗੀ ਕਿ ਭੁੱਖਿਆਂ ਨੂੰ ਲੰਗਰ ਖਿਲਾਉਣਾ ਚਾਹੀਦਾ, ਤੇ ਉਸੀ ਨੂੰ ਮੁੱਖ ਰੱਖਦੇ ਹੋਏ ਅਸੀਂ ਜਿਹੜਾ ਲੰਗਰ ਤਿਆਰ ਕਰਕੇ ਬਣਾ ਕੇ ਜਿਹੜੇ ਉੱਥੇ ਹੈਗੇ ਆ, ਮੋਸਟ ਆਮ ਸ਼ੋਰ ਕਿ ਬਾਕੀ ਥਾਵਾਂ 'ਚ ਵੀ ਹੋਊਗੇ ਜਿਹੜੇ ਜਿਹਨਾਂ ਨੂੰ ਜ਼ਰੂਰਤ ਆ ਲੰਗਰ ਦੀ ਜਾਂ ਖਾਣੇ ਦੀ, ਗਰਮ ਖਾਣੇ ਦੀ, ਉੱਥੇ ਜ਼ਿਆਦਾ ਹੈਗੀ ਆ ਅਤੇ ਅਸੀਂ ਉੱਥੇ ਲੈ ਕੇ ਜਾਂਦੇ ਹਾਂ ਹਰੇਕ ਸੰਡੇ। ਰਾਈਟ, ਬਸ ਇਸੀ ਨੂੰ ਕਿ ਅਸੀਂ ਸੇਵਾ ਕਰ ਸਕੀਏ ਜਿਹੜੀ ਉਹਨਾਂ ਦੀ, ਗੁਰੂ ਨਾਨਕ ਦੇਵ ਜੀ ਦੀ ਹੈਗੀ ਆ, ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ। ਸੋ ਹਰ ਹਫ਼ਤੇ ਕਿੰਨੇ ਕੁ ਲੋਕ ਜਿਹੜੇ ਹੈਗੇ ਨੇ ਜਿਹਨਾਂ ਨੂੰ ਤੁਸੀਂ ਉੱਥੇ ਲੰਗਰ ਖਵਾਉਂਦੇ ਹੋ? ਅਪਰੋਕਸੀਮੇਟਲੀ 400 ਤੋਂ ਜ਼ਿਆਦਾ ਹੋ ਜਾਂਦੇ ਆ, ਜਿਹੜੇ ਸਿਆਲ ਦੇ ਵਿੱਚ ਲੋਕ ਜ਼ਿਆਦਾ ਹੋ ਜਾਂਦੇ ਆ ਬਿਕਾਜ਼ ਇਟਸ ਅ ਮਾਈਲਡ ਵਿੰਟਰ ਇਨ BC, ਤੇ ਦੂਜੇ ਪ੍ਰੋਵਿੰਸਸ ਤੋਂ ਵੀ ਇੱਥੇ ਜ਼ਿਆਦਾ ਆ ਜਾਂਦੇ ਆ। ਸਮਰ ਦੇ ਵਿੱਚ ਥੋੜ੍ਹਾ ਜਿਹਾ ਘੱਟ ਜਾਂਦਾ ਤਾਂ 350 ਉਬਰ ਇੰਨੇ ਕੁ ਰਹਿੰਦੇ ਆ, ਕਈ ਵਾਰ 600 ਤੱਕ ਵੀ ਚੱਲ ਜਾਂਦਾ। ਸੋ ਐਵਰੀ ਸੰਡੇ ਯੂ ਗੋ ਦੇਅਰ? ਹਾਂਜੀ। ਐਂਡ ਉਹਦੇ ਵਿੱਚ ਇੱਕ ਮੰਥਲੀ ਵੀ ਤੁਹਾਡਾ ਇਵੈਂਟ ਹੁੰਦਾ ਹੈ ਵੱਡਾ, ਤੁਸੀਂ ਕਰਦੇ ਹੋ, ਉਹ ਕੀ ਹੁੰਦਾ ਹੈਗਾ? Every second Friday, Saturday, just on Gore, there's a First United Church. Right. ਉੱਥੇ ਜਾਈਦਾ ਆ ਤੇ ਉਹ ਅਸੀਂ ਉਹਨਾਂ ਦੇ ਹਾਲ ਦੇ ਵਿੱਚ, ਡਾਇਨਿੰਗ ਹਾਲ ਉਹਨਾਂ ਨੇ ਸਾਨੂੰ ਦਿੱਤਾ ਆ, ਅਸੀਂ ਉੱਥੇ ਜਾ ਕੇ ਲੰਗਰ ਵਰਤਾਈਦਾ। We also go in Surrey on 108 and 135, Surrey Front Room. ਉੱਥੇ ਵੀ ਹਰੇਕ ਸੰਡੇ ਅਸੀਂ, ਹੁਣੀ ਉਪਰਾਲਾ 1.5 ਸਾਲ ਹੋਇਆ ਸ਼ੁਰੂ ਕੀਤਾ, ਪਹਿਲਾਂ 2 ਸੰਡੇ ਕਰੀਦੇ ਸੀਗੇ, ਹੁਣ ਬਾਬਾ ਜੀ ਦੀ ਮਿਹਰ ਆ, ਹੁਣ ਆਲ 4 or 5 ਸੰਡੇ, ਜਿੰਨੇ ਵੀ ਸੰਡੇ ਹੁੰਦੇ ਆ ਮਹੀਨੇ ਦੇ ਵਿੱਚ, ਅਸੀਂ ਉੱਥੇ ਵੀ ਜਾ ਕੇ ਲੰਗਰ ਵਰਤਾਈਦਾ। ਰਾਈਟ, ਰਿਸੋਰਸਿਸ ਦੀ ਜਦ ਗੱਲ ਕਰਦੇ ਤਾਂ ਕਿੱਥੋਂ ਆ ਰਹੇ ਨੇ ਸਾਰੇ ਰਿਸੋਰਸਿਸ? ਕਮਿਊਨਿਟੀ ਵੱਲੋਂ ਆ ਰਹੇ ਜੀ। ਫਰਾਈਡੇ ਐਂਡ ਸੈਟਰਡੇ ਦੀ ਜਿਹੜੀ ਰਿਸੋਰਸਿਸ ਜਾਂ ਸਪਲਾਈਜ਼ ਜਾਂ ਫੂਡ ਸਪਲਾਈਜ਼, ਉਹ ਗਗਨ ਫੂਡ ਤਾਂ ਫਰੂਟੀਕਿਆਨਾ ਵਾਲੇ ਦਿੰਦੇ ਆ, ਔਰ ਕੰਪਲੀਟਲੀ ਵਾਲੰਟੀਅਰ ਸਾਡੇ ਕੁੱਕ ਕਰਦੇ, ਉਹ ਵੀ ਰਿਸੋਰਸਿਸ ਜਾਂ ਦਸਵੰਧ ਟਾਈਮ ਦਾ ਵੀ ਹੁੰਦਾ, ਉਹ ਬਲਕਿ ਸਭ ਕਈ ਵਾਰ ਜ਼ਿਆਦਾ ਕੱਢਣਾ ਔਖਾ ਹੋ ਜਾਂਦਾ ਅੱਜ ਕੱਲ੍ਹ ਦੀ ਲਾਈਫ ਦੇ ਵਿੱਚ, ਉਹ ਵੀ ਰਿਸੋਰਸਿਸ ਕਮਿਊਨਿਟੀ ਤੋਂ ਆਉਂਦੇ ਆ, ਵਾਲੰਟੀਅਰ ਵੀ, ਅਤੇ ਬਾਕੀ ਜਿਹੜਾ ਸੰਡੇ ਦੇ ਸਾਡੇ ਇਵੈਂਟ ਆ, ਮੋਸਟਲੀ ਸਪੋਂਸਰ ਹੋ ਜਾਂਦੇ ਆ ਫੈਮਲੀਜ਼, ਉਹਨਾਂ ਨੂੰ ਅਸੀਂ ਲਿਸਟ ਦੇ ਦਈਦੀ ਆ ਖਾਣੇ ਦੀ, ਉਹ ਖਾਣਾ ਉਹ ਵਾਲੀ ਸਪਲਾਈਜ਼ ਲਿਆ ਕੇ ਸਾਡੇ ਨਾਲ, ਸਾਡੇ ਵਾਲੰਟੀਅਰਸ ਨਾਲ ਫਿਰ ਸੇਵਾ ਕਰਾਈ ਦੀ ਆ, ਅਸੀਂ ਉਹਨਾਂ ਨੂੰ ਚਾਹੁੰਦੇ ਹਾਂ ਵੀ ਉਹ ਸਾਡੇ ਨਾਲ ਖਾਣਾ ਬਣਾਉਣ ਤੋਂ ਲੈ ਕੇ ਵਰਤਾਉਣ ਤੋਂ ਫਿਰ ਭਾਂਡੇ ਸਾਫ਼ ਕਰਨ ਤੱਕ ਸਾਡੀ ਸੇਵਾ ਕਰਨ, ਸੋ ਮੋਸਟਲੀ ਸੰਡੇਜ਼ ਆਰ ਸਪੋਂਸਰਡ ਬਾਏ ਦਾ ਫੈਮਲੀਜ਼, ਅਤੇ ਬਾਕੀ ਜਿਹੜਾ ਫਰਾਈ ਸੰਡੇ ਦਾ ਲੰਚ ਅਸੀਂ ਸਰੀ ਗੁਰਦੁਆਰੇ ਲੈ ਕੇ ਜਾਈ, ਸਰੀ ਗੁਰਦੁਆਰੇ ਤੋਂ ਲੈ ਕੇ ਜਾਈਦਾ। ਹਾਂਜੀ, ਵੀ ਆਲਸੋ ਸਟਾਰਟਡ ਡਿਨਰ ਐਸ ਵੈਲ ਐਟ ਫਰਸਟ ਯੂਨਾਈਟਿਡ ਚਰਚ ਐਵਰੀ 4th Friday। ਓਕੇ, ਹਾਂਜੀ, ਉਹ ਸਾਡਾ ਹਜੇ ਨਵਾਂ ਐਡੀਸ਼ਨ ਹੋਈ ਆ। ਵੈਰੀ ਨਾਈਸ। ਸੋ ਕਿੰਨਾ ਸਮਾਂ ਲੱਗ ਜਾਂਦਾ, ਕਿਉਂਕਿ ਲੰਗਰ ਪਹਿਲਾਂ ਪ੍ਰਿਪੇਅਰ ਕਰਨਾ, ਪਹਿਲਾਂ ਤਾਂ ਆਰਗੇਨਾਈਜੇਸ਼ਨਲ ਲੈਵਲ ਦੇ ਉੱਤੇ ਸਾਰਾ ਕੁਝ ਇਕੱਠਾ ਕਰਨਾ, ਫਿਰ ਲੰਗਰ ਨੂੰ ਪ੍ਰਿਪੇਅਰ ਕਰਨਾ, ਫਿਰ ਉੱਥੇ ਜਾ ਕੇ ਡਿਸਟ੍ਰੀਬਿਊਟ ਕਰਨਾ, ਸੋ ਕਿੰਨਾ ਕੁ ਸਮਾਂ ਲੱਗਦਾ ਹੈ ਸਾਰੇ ਦੇ ਵਿੱਚ? ਜਿਹੜੀ ਸਾਡੀ ਲੰਗਰ ਪ੍ਰਿਪੇਅਰ ਕਰਨ ਵਾਲੀ ਟੀਮ ਆ, ਥਰਸਡੇ ਹੁੰਦੀ ਆ ਪ੍ਰੈਪਿੰਗ, ਵੀ ਪ੍ਰੈਪ ਐਵਰੀਥਿੰਗ ਟੁਗੇਦਰ, ਰਾਈਟ,
ਇਟ ਟੇਕਸ ਸਮ ਅਬਾਊਟ ਆਊਟ ਕਪਲ ਆਫ ਆਵਰਸ ਐਂਡ 2 ਘੰਟੇ ਉੱਦਣ ਲੱਗ ਜਾਂਦੇ ਆ ਅਤੇ ਜੇ ਉਹਨਾਂ ਨੇ ਸਾਰਾ ਕੁਛ ਤਿਆਰ ਕਰਕੇ ਰੱਖ ਦੇਣਾ ਕੱਟ ਕੇ ਸਬਜ਼ੀਆਂ ਤੁੜਕੇ ਵੀ ਕਈ ਵਾਰ ਬਣਾ ਕੇ ਰੱਖ ਦਿੰਦੇ ਆ ਫਿਰ ਸਵੇਰੇ ਅਸੀਂ 5 ਵਜੇ ਲੱਗ ਜਾਈਦਾ ਫਿਰ ਸ਼ੁੱਕਰਵਾਰ ਅਤੇ ਸ਼ਨੀਵਾਰ ਦੇ ਇਵੈਂਟ ਦੇ ਲਈ ਅਤੇ ਅਸੀਂ 8 ਵਜੇ ਤੱਕ ਸਾਰਾ ਸਮਾਨ ਪੈਕ ਕਰਕੇ ਤਿਆਰ ਕਰਕੇ ਤਾਂ ਆਪਣੀ ਵੈਨ 'ਚ ਭਰ ਕੇ ਚੱਲ ਜਾਈਦਾ ਬਿਕਾਜ਼ ਆਮ ਨਾਓ ਕੁਕਿੰਗ ਇਨ ਦਾ ਕੁਕਿੰਗ ਕੋਆਰਡੀਨੇਟਰ ਟੀਮ ਫਿਰ ਸਾਡੇ ਜਿਹੜੇ ਡਰਾਈਵਰ ਨੇ ਆ ਜਾਣਾ ਆ 10 ਵਜੇ ਕਰਕੇ ਅਸੀਂ 11 ਵਜੇ ਲੰਗਰ ਉੱਥੇ ਵਰਤਾਉਣਾ ਹੁੰਦਾ ਤਾਂ ਉੱਥੇ ਫਿਰ ਸਾਡੇ ਜਿਹੜੇ ਵਰਤਾਉਣ ਵਾਲੇ ਸੇਵਾਦਾਰ ਹੁੰਦੇ ਆ ਉਹ ਪਹੁੰਚ ਜਾਂਦੇ ਆ ਸੜੀ ਫਰੰਟ ਰੂਮ ਦੇ ਵਿੱਚ ਉੱਥੇ ਯੂਨਾਈਟਿਡ ਚਰਚ ਦੇ ਵਿੱਚ ਉਹਨਾਂ ਨੂੰ ਉੱਥੇ ਤਕਰੀਬਨ 2 ਵਜੇ ਤੱਕ ਸਮਾਨ ਫਿਨਿਸ਼ ਕਰਕੇ ਮੁੜ ਕੇ ਆ ਕੇ ਸੋ ਬੇਸਿਕਲੀ ਸਟਾਰਟਸ ਅਬਾਊਟ 5 ਇਨ ਦਾ ਮਾਰਨਿੰਗ ਗੋਜ਼ ਅੰਟਿਲ 2 ਬਟ ਵੀ ਹੈਵ ਡਿਫਰੈਂਟ ਟੀਮਸ ਦੈਟ ਗੋਜ਼ ਦੈਟਸ ਰਾਈਟ ਐਂਡ ਹੈਲਪ ਆਊਟ ਹਾਂਜੀ ਗ੍ਰੇਟ ਐਂਡ ਹਾਊ ਇਟ ਇਜ਼ ਬੀਂਗ ਰਿਸੀਵਡ ਬਾਈ ਦਾ ਪੀਪਲ ਓਵਰ ਥੇਅਰ ਬਿਕਾਜ਼ ਇੰਡੀਅਨ ਫੂਡ ਤੁਹਾਡਾ ਤੁਸੀਂ ਲੈ ਕੇ ਜਾ ਰਹੇ ਹੈਗੇ ਉਹਦੇ ਨਾਲ ਇੱਕ ਤੁਹਾਡੀ ਜਿਹੜੀ ਉਹਨਾਂ ਦੇ ਨਾਲ ਇੱਕ ਤਾਲਮੇਲ ਬਣ ਰਿਹਾ ਹੈਗਾ ਉਹਨਾਂ ਨੂੰ ਤੁਸੀਂ ਸਮਝ ਰਹੇ ਹੋ ਕਿਉਂਕਿ ਅਸੀਂ ਆਮ ਤੌਰ ਉੱਤੇ ਜਿਹੜਾ ਡਾਊਨਟਾਊਨ ਈਸਟ ਸਾਈਡ ਵਿੱਚ ਹੁੰਦਾ ਜਜਮੈਂਟਸ ਕਰ ਲੈਂਦੇ ਹਾਂ ਕਿ ਬਈ ਇਹ ਬੰਦਾ ਤਾਂ ਵੈਲਫੇਅਰ 'ਤੇ ਹੈ ਇਹ ਹੈ ਡਰੱਗੀ ਐਨ ਆਲ ਦੋਸ ਕਾਇੰਡ ਆਫ ਥਿੰਗ ਉਹਦੇ ਬਾਰੇ ਮੈਂ ਚਾਹੂੰਗਾ ਜ਼ਰੂਰ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰੋ ਕਿ ਕਿਹੋ ਜੀ ਤੁਹਾਡੀ ਉਹ ਬੌਂਡਿੰਗ ਹੋ ਰਹੀ ਅਤੇ ਤੁਸੀਂ ਕੀ ਫੀਲ ਕਰਦੇ ਹੋ ਉੱਥੇ ਇਹ ਤਾਂ ਹੁਣ 5 ਸਾਲ ਹੋ ਗਏ ਸਾਨੂੰ ਵਰਤਾਉਂਦਿਆਂ ਨੂੰ ਦੇ ਨੋ ਜੇ ਜਿੱਦਾਂ ਹੁਣ ਅਸੀਂ 1 ਵਜੇ ਉਹਨਾਂ ਨੂੰ ਪਤਾ ਸੰਡੇ ਨੂੰ ਅਸੀਂ ਜਿਸ ਵੇਲੇ ਟੈਂਟ ਲਾਉਣ ਲੱਗਣਾ ਆ ਉਸ ਵੇਲੇ ਲਾਈਨ ਲੱਗ ਜਾਂਦੀ ਉਹਨਾਂ ਨੂੰ ਆਲਰੇਡੀ ਪਤਾ ਵੀ ਇਹਨਾਂ ਨੇ ਖੀਰ ਲੈ ਕੇ ਆਉਣੀ ਆ ਚੌਲ ਲੈ ਕੇ ਆਉਣੇ ਆ ਤਾਂ ਅਸੀਂ ਇੱਕ ਚਾਹੇ ਰਾਜਮਾਂਹ ਕਈ ਵਾਰ ਬਣਾ ਕੇ ਜਾਂ ਚਿੱਟੇ ਛੋਲੇ ਜਾਂ ਹੋਰ ਦਾਲ ਜੋ ਕੁਛ ਵੀ ਹੁੰਦਾ ਇਹ ਸਾਡੇ 3 ਸਟੇਪਲਸ ਹੈਗੇ ਆ ਉਹਨਾਂ ਨੂੰ ਆਲਰੇਡੀ ਪਤਾ ਆ ਵੀ ਅਸੀਂ ਲੈ ਕੇ ਜਾਣਾ ਆ ਸੋ ਦੇ ਆਰ ਰਿਸੀਵਿੰਗ ਇਟ ਵੈਲ ਕਿਉਂਕਿ ਮੋਸਟਲੀ ਜਿਹੜਾ ਉੱਥੇ ਹੋਰ ਵੀ ਜਿਹੜੇ ਵਰਤਾਏ ਜਾਂਦੇ ਆ ਲੋਕ ਬਹੁਤ ਸੇਵਾ ਕਰਦੇ ਆ ਉਹ ਸੈਂਡਵਿਚਸ ਜਾਂ ਹੋਰ ਤਰ੍ਹਾਂ ਦੇ ਹੁੰਦੇ ਆ ਇਹ ਹੌਟ ਮੀਲ ਹੁੰਦਾ ਜਿਹੜਾ ਹੁਣ ਉਹ ਇਸ ਪਿਨ ਵੈਲ ਰਿਸੀਵ ਦੇ ਅੰਡਰਸਟੈਂਡ ਉਹਨਾਂ ਦਾ ਪੂਰਾ ਨਹੀਂ ਵੀ ਕਹਿਣਾ ਹੁੰਦਾ ਕਈ ਵਾਰ ਕਹਿੰਦੇ ਵੀ ਗੁਰੂ ਨਾਨਕ ਆ ਗਿਆ ਸੋ ਇਟ ਐਕਚੁਲੀ ਫੀਲਸ ਰੀਲੀ ਗੁੱਡ ਰਾਈਟ ਹਾਂਜੀ ਜਿਸ ਵੇਲੇ ਹੁਣ ਅਸੀਂ ਅਵਤਾਰ ਪੁਰਬ ਬਣਾਇਆ ਸੀ ਵੀ ਹੈਡ ਕੇਕ ਇਜ਼ ਵੈਲ ਬਿਕਾਜ਼ ਗੁਰੂ ਨਾਨਕ ਦੇਵ ਜੀ ਦਾ ਬਰਥਡੇ ਸੀਗਾ ਤੇ ਐਗ ਗਲਾਸ ਕੇਕ ਲੈ ਕੇ ਗਏ ਸੀਗੇ ਵੀ ਹੈਡ ਪਕੌੜੇ ਜਲੇਬੀਆਂ ਮਫਿਨਸ ਫਰੂਟ ਜੂਸ ਸੋ ਐਂਡ ਅਸੀਂ ਉਹਨਾਂ ਨੂੰ ਦੱਸਿਆ ਵੀ ਅਸੀਂ ਕਾਹਤੇ ਆ ਹੁਣ ਉਹ ਕਹਿੰਦੇ ਸੀ ਵੀ ਕਾਹਤੇ ਅੱਜ ਸਪੈਸ਼ਲ ਤੇ ਅਸੀਂ ਫਿਰ ਜਕਾਰਾ ਛੱਡ ਕੇ ਸ਼ੁਰੂ ਕੀਤਾ ਸੀਗਾ ਲੰਗਰ ਵਰਤਾਉਣਾ ਐਂਡ ਇਟ ਫੀਲਸ ਗੁੱਡ ਕਿ ਇਨ ਜਿਸ ਵੇਲੇ ਜਕਾਰਾ ਛੱਡ ਕੇ ਸ਼ੁਰੂ ਕੀਤਾ ਜਿਸ ਵੇਲੇ ਲੰਗਰ ਮਸਤਾਨਾ ਹੋ ਗਿਆ ਉਸ ਵੇਲੇ ਫਿਰ ਜਕਾਰਾ ਛੱਡਿਆ ਉਹ ਸਾਡੇ ਨਾਲ ਉਹਨਾਂ ਨੂੰ ਪਤਾ ਵੀ ਇਹਨਾਂ ਨੇ ਏਦਾਂ ਸਤਿ ਸ੍ਰੀ ਅਕਾਲ ਕਹਿਣਾ ਆ ਸੋ ਇਟ ਇਜ਼ ਬਿਨ ਵੈਰੀ ਹੰਬਲ ਹੰਬਲਿੰਗ ਐਕਸਪੀਰੀਅੰਸ ਗ੍ਰੇਟ ਇੱਕ ਜਿਹੜੀ ਹੋਰ ਜਜਮੈਂਟਲ ਦੀ ਅਸੀਂ ਗੱਲ ਕਰਦੇ ਹਾਂ ਇਹ ਤਾਂ ਹੋ ਗਿਆ ਕਿ ਫਿਜ਼ੀਕਲ ਲੈਵਲ 'ਤੇ ਉਹ ਤੁਸੀਂ ਪਰ ਦੂਸਰੇ ਤਰੀਕੇ ਨਾਲ ਜਿਹੜੀ ਬੌਂਡਿੰਗ ਹੋ ਰਹੀ ਹੈਗੀ ਹੈ ਕਿ ਸਿੱਖੀ ਬਾਰੇ ਜਿਹੜਾ ਇੱਕ ਸਹੀ ਇਮੇਜ ਜਿਹੜਾ ਉਹ ਵੀ ਤੁਸੀਂ ਉੱਥੇ ਜਾ ਕੇ ਦਿੰਦੇ ਹੈਗੇ ਹੋ ਆਫਕੋਰਸ ਤੁਹਾਡਾ ਮੰਤਵ ਨਹੀਂ ਹੈਗਾ ਕਿ ਕੋਈ ਵੀ ਕਨਵਰਟ ਹੋਵੇ ਕਿਉਂਕਿ ਸਿੱਖਿਜ਼ਮ 'ਚ ਅਸੀਂ ਇਹ ਬਿਲੀਵ ਨਹੀਂ ਕਰਦੇ ਕਿ ਕੋਈ ਕੰਮ ਜਿਹੜੀ ਸੇਵਾ ਕਰਨੀ ਉਹਦਾ ਕੋਈ ਮੁੱਖ ਮਕਸਦ ਹੋਵੇ ਕਿ ਕੋਈ ਕਨਵਰਟ ਕਰ ਜਾਏ ਉਹਦੇ ਬਾਰੇ ਥੋੜ੍ਹਾ ਜਿਹਾ ਜ਼ਰੂਰ ਸ਼ੇਅਰ ਕਰੋ ਕਿ ਤੁਹਾਡੀ ਉਹਨਾਂ ਦੇ ਨਾਲ ਜਿਹੜੀ ਤਾਲਮੇਲ ਹੋ ਰਹੀ ਹੈਗੀ ਹੈ ਉਹਨਾਂ ਨੂੰ ਤੁਸੀਂ ਅੰਡਰਸਟੈਂਡ ਕਰੋ ਤੁਹਾਨੂੰ ਅੰਡਰਸਟੈਂਡ ਕਰ ਰਹੇ ਨੇ ਸੋ ਵਾਟ ਆਰ ਯੋਰ ਆਬਜ਼ਰਵੇਸ਼ਨਸ ਅਬਾਊਟ ਦੈਟ ਆਈ ਥਿੰਕ ਇਟਸ ਨਾਟ ਮਿਸ਼ਨਰੀ ਨੇਚਰ ਯੂ ਰਾਈਟ ਤੇ ਨਾਲੇ ਜਿਹੜੇ ਸਾਡੇ ਲੰਗਰ ਵਰਤਾਉਣ ਨੂੰ ਵੀ ਆ ਉਸ ਵੇਲੇ ਵੀ ਕੋਈ ਵੀ ਆ ਸਕਦਾ ਲੰਗਰ ਵਰਤਾਉਣ ਨੂੰ ਦੇਰ ਇਜ਼ ਸਮ ਕੋਕੇਸ਼ੀਅਨ ਪੀਪਲ ਹੂ ਕਮ ਐਂਡ ਹੈਲਪ ਅਸ ਐਂਡ ਸਮ ਟਾਈਮਸ ਫਰਮ ਕੋਰੀਅਨ ਔਰ ਚਾਈਨੀਜ਼ ਕਮਿਊਨਿਟੀ ਦੇ ਆਲ ਡੂ ਜੀ ਉਹਨਾਂ ਨੂੰ ਵੀ ਪਤਾ ਵੀ ਅਸੀਂ ਕਿਉਂ ਵਰਤਾਇਆ ਜਾਂਦਾ ਬਿਕਾਜ਼ ਇਹ ਸਾਡੇ ਸਾਨੂੰ ਪ੍ਰੇਰਿਤ ਕੀਤਾ ਗਿਆ ਗੁਰੂ ਨਾਨਕ ਦੇਵ ਜੀ ਤੋਂ ਸਾਡੀ ਟੀਚਿੰਗਸ ਹੈਗੀ ਆ ਨਾਲੇ ਸਿੱਖੀ ਇਜ਼ ਅ ਵੇ ਆਫ ਲਾਈਫ ਇਜ਼ ਨਾਟ ਅ ਰਿਲੀਜਨ ਸੋ ਕਨਵਰਜ਼ਨ ਇਜ਼ ਨਾਟ ਇਵਨ ਅ ਫੈਕਟਰ ਰਾਈਟ ਸੋ ਜੇ ਅਸੀਂ ਆਪ ਜਿਹੜੇ ਵਰਤਾਉਣ ਵਾਲੇ ਆ ਉਹ ਇਹ ਸੋਚਦੇ ਆ ਕਿ ਸਿੱਖੀ ਇਜ਼ ਅ ਵੇ ਆਫ ਲਾਈਫ ਰਾਈਟ ਦੈਨ ਅਸੀਂ ਫਿਰ ਕਨਵਰਜ਼ਨ ਦਾ ਤਾਂ ਕੋਈ ਮਤਲਬ ਹੀ ਨਹੀਂ ਰਹਿ ਗਿਆ ਜਜਮੈਂਟ ਦਾ ਵੀ ਕੋਈ ਮਤਲਬ ਨਹੀਂ ਰਹਿ ਗਿਆ ਜੇ ਅਸੀਂ ਗੁਰੂ ਨਾਨਕ ਦੇਵ ਜੀ ਤੋਂ ਪ੍ਰਭਾਵਿਤ ਹੋ ਕੇ ਆਪਣੇ ਧਰਮ ਤੋਂ ਪ੍ਰਭਾਵਿਤ ਹੋ ਕੇ ਇਹ ਕਰ ਰਹੇ ਹਾਂ ਉਹਨਾਂ ਨੇ ਸਾਨੂੰ ਟੀਚਿੰਗ ਦਿੱਤੀ ਆ ਅਸੀਂ ਜੇ ਉਹਦੇ ਉੱਤੇ ਚੱਲ ਰਹੇ ਹਾਂ ਤਾਂ ਫਿਰ ਜਜਮੈਂਟ ਦਾ ਵੀ ਕੋਈ ਮਤਲਬ ਨਹੀਂ ਰਹਿ ਗਿਆ ਬਿਕਾਜ਼ ਅਸੀਂ ਭੁੱਖਿਆਂ ਨੂੰ ਖਿਲਾਉਣਾ ਆ ਇਹ ਸਾਡੀ ਆਈ ਆਲਵੇਸ ਸੇ ਦੈਟ ਇਟ ਇਜ਼ ਆਈ ਐਮ ਬਲੈਸਡ ਟੂ ਹੈਵ ਐਨ ਓਪਰਚੁਨਿਟੀ ਫਾਰ ਬੀਇੰਗ ਏਬਲ ਟੂ ਡੂ ਸੇਵਾ ਵੰਡਰਫੁਲ ਐਂਡ ਦੈਟਸ ਵਾਟ ਇਟ ਇਜ਼ ਆਈ ਥਿੰਕ ਐਵਰੀਬਡੀ ਐਲਸ ਸੀਮਸ ਟੂ ਬੀ ਗ੍ਰੇਟ ਮੋਰ ਐਂਡ ਮੋਰ ਯੂਥ ਇਜ਼ ਆਲਸੋ ਗੈਟਿੰਗ ਇਨਵੋਲਵਡ ਇਨ ਦਿਸ ਪ੍ਰੋਜੈਕਟ ਐਂਡ ਉਹਦੇ ਨਾਲ ਬੱਚਿਆਂ ਦੇ ਜਿਹੜੇ ਉੱਥੇ ਆਉਂਦੇ ਨੇ ਜਦੋਂ ਸੇਵਾ ਕਰਦੇ ਨੇ ਉਹਨਾਂ 'ਚ ਤੁਸੀਂ ਕਿਸ ਤਰ੍ਹਾਂ ਦਾ ਉਤਸ਼ਾਹ ਪਾਉਂਦੇ ਉਹਦੇ ਨਾਲ ਅਖੀਰ ਵਿੱਚ ਇਹ ਵੀ ਤੁਸੀਂ ਹੋਰ ਕਮਿਊਨਿਟੀ ਤੋਂ ਕੀ ਮੰਗ ਕਰਦੇ ਹੈਗੇ It is nice to see to have youth involved because I think most of the time with all due respect to media and everybody else involved ki koi bhi negative hunda ya ode utte project zyada ho janda haan ji ode utte focus zyada chale jandi hai right and I and everybody else that I have working with me now we feel that ki solution based honi chahidi hai jehdi attention hai and that's what we're trying to do wonderful and I think it gives a positive reaction and vibration to the youth and image for that matter ji nale jis vele tusi aap karde ho oda prabhav
ਜ਼ਿਆਦਾ ਪੈਂਦਾ ਕਿਸੇ ਦੇ ਉੱਤੇ, ਚਾਹੇ ਬੱਚਿਆਂ ਦੇ ਹੋਵੇ ਵੱਡਿਆਂ ਦੇ ਉੱਤੇ ਹੋਵੇ। ਜਿੱਦਾਂ ਹੁਣ ਅਸੀਂ ਗਏ ਸੀ, ਛੋਟੀ ਬੱਚੀ ਸੀਗੀ ਸਾਡੇ ਨਾਲ, ਉਹ ਕਹਿੰਦੀ ਵੀ ਅਸੀਂ ਲੰਗਰ ਇੱਥੇ ਕਾਹਤੇ ਵਰਤਾਉਂਦੇ ਹਾਂ। ਸੋ ਅਸੀਂ ਉਹਨਾਂ ਨੂੰ ਦੱਸਿਆ ਵੀ ਇੱਦਾਂ ਹੋਇਆ ਸੀਗਾ, ਸੱਚੇ ਸੌਦੇ ਫਿਰ ਬਾਬਾ ਜੀ ਨੇ ਖਿਲਾਇਆ ਸੀ, ਹੁਣ ਉਹ ਖਿਲਾਉਂਦੇ ਸੀਗੇ ਤਾਂ ਅਸੀਂ ਵੀ ਉਸੀ ਪ੍ਰਿਆਦਾ ਨੂੰ। ਸੋ ਉਹਨੂੰ ਚੇਤਾ ਰਹਿਣਾ ਆ ਇਹ ਵਾਲੀ ਸਾਖੀ, ਬਿਕਾਜ਼ ਉਹਨੇ ਸਾਰੇ ਦਿਨ ਸਾਡੇ ਨਾਲ ਸੇਵਾ ਕੀਤੀ ਖੜੀ ਹੋ ਕੇ, ਤੇ ਹੁਣ ਸੋ ਦੇਰ ਇਜ਼ ਅ ਪੋਜ਼ਿਟਿਵ ਜਿਹੜੇ ਕਰਨੀ ਦੇ ਵਿੱਚ ਆ। ਰਾਈਟ, ਅਸੀਂ ਆਲ ਦ ਟਾਈਮ ਸੁਣਦੇ ਹਾਂ, ਜਿਸ ਵੇਲੇ ਅਸੀਂ ਜਿਹੜੀ ਕਥਨੀ ਔਰ ਕਰਨੀ ਨੂੰ ਇੱਕ ਕਰਦੇ ਹਾਂ, ਉਹਦਾ ਪ੍ਰਭਾਵ ਜ਼ਿਆਦਾ ਚਿਰ ਤੱਕ ਰਹਿੰਦਾ ਆ, ਦੂਰ ਤੱਕ ਜਾਂਦਾ ਆ। ਐਬਸੋਲੂਟਲੀ। ਦੈਟ ਟੂ ਆਨਸਰ ਯੂਰ ਫਰਸਟ ਪਾਰਟ ਆਫ ਦ ਕੁਐਸਚਨ, ਸੈਕਿੰਡ ਕਿ ਇਸ ਵੇਲੇ ਲੋਕਾਂ ਤੋਂ ਅਸੀਂ ਕੀ ਚਾਹੁੰਦੇ ਹਾਂ, ਅਸੀਂ ਚਾਹੁੰਦੇ ਹਾਂ ਵੀ ਉਹ ਸਾਡੇ ਨਾਲ ਰਲ ਕੇ, ਇਹ ਉਹਨਾਂ ਦੀ ਐਫਰਟ ਆ, ਉਹਨਾਂ ਦੇ ਕਰਕੇ ਅਸੀਂ ਹੋਰ ਤੇ ਹੋਰ ਅਸੀਂ ਅੱਗੇ ਵੱਧਦੇ ਹਾਂ। ਰਾਈਟ, ਸਾਡੇ ਨਾਲ ਮਿਲ ਕੇ ਸਾਡਾ ਸਾਥ ਦੇਣ, ਜੋ ਕਿ ਦੇ ਰਹੇ ਆ, ਇਸੇ ਤਰ੍ਹਾਂ ਨਾਲ ਦਿੰਦੇ ਰਹਿਣ, ਚਾਹੇ ਦਸਵੰਧ ਕੱਢ ਕੇ, ਬਿਕਾਜ਼ ਹੁਣ ਸਾਡੇ ਕੋਲ ਬਹੁਤ ਰਾਸ਼ਨ ਜਿਹੜਾ ਹੈਗਾ ਆ, ਬਿਕਾਜ਼ ਹੁਣ ਸਪੋਂਸਰ ਹੋ ਜਾਂਦੇ ਆ ਤੇ ਫਰੂਟੀ ਕੈਨਾ ਵਾਲੇ ਵੀ ਦੇ ਦਿੰਦੇ ਆ, ਰਾਸ਼ਨ ਸਾਡੇ ਕੋਲ ਬਹੁਤ ਆ ਇਸ ਵੇਲੇ, ਕਈ ਵਾਰ ਕੱਪ ਔਰ ਪਲੇਟਾਂ ਸਾਡੇ ਘੱਟ ਜਾਂਦੇ ਆ, ਤਾਂ ਮਗਰ ਮੈਂ ਇਹ ਨਹੀਂ ਕਹਿ ਸਕਦੀ ਵੀ ਇਹ ਸਾਨੂੰ ਮਿਲ ਨਹੀਂ ਜਾਂਦੇ ਉਸੇ ਵੇਲੇ, ਹੁੰਗਾਰਾ ਜਿਹੜਾ, ਹਾਂਜੀ, ਰਿਸਪੌਂਸ ਬਹੁਤ। ਇਹਦੇ ਵਾਸਤੇ ਕਿੱਥੇ ਤੁਹਾਡੇ ਨਾਲ ਹੋਰ ਕੋਈ ਸੰਪਰਕ ਕਰਨਾ ਤੇ ਕਿੱਥੇ ਕੀਤਾ ਜਾ ਸਕਦਾ, ਜਾਂ ਕੋਈ ਤੁਹਾਡੀ ਵੈਬਸਾਈਟ ਵਗੈਰਾ ਹੋਵੇ ਜਿੱਥੇ ਜਾ ਕੇ ਹੋਰ ਇਨਫੋਰਮੇਸ਼ਨ ਮਿਲ ਸਕਦੀ ਹੈ? www.gnfk.org, ਉਹਦੇ ਉੱਤੇ ਫੋਨ ਨੰਬਰ ਹੈਗਾ, ਕੰਟੈਕਟ ਕਰ ਸਕਦੇ ਆ, ਈਮੇਲ ਭੇਜ ਸਕਦੇ ਆ, ਸਾਡਾ ਫੋਨ ਨੰਬਰ ਹੈਗਾ 604-644-4382। ਓਕੇ ਜੀ, ਬਹੁਤ ਬਹੁਤ ਠੀਕ ਹੈ ਜੀ, ਬਹੁਤ ਬਹੁਤ ਮੁਬਾਰਕਾਂ ਕਿ ਤੁਸੀਂ ਇਹ ਜਿਹੜੇ ਸਾਰਾ ਰਲ ਕੇ ਕਮਿਊਨਿਟੀ ਦੀ ਇਮੇਜ ਅਤੇ ਨਾਲ ਨਾਲ ਸੇਵਾ ਦਾ ਜਿਹੜਾ ਸਹੀ ਭਾਵ ਹੈ ਉਸਨੂੰ ਲੈ ਕੇ ਅੱਗੇ ਜਾ ਰਹੇ ਹੋ, ਕਿਉਂਕਿ ਅੱਜ ਲੋੜ ਇਹੀ ਹੈਗੀ ਕਿ ਲੰਗਰ ਦਾ ਜਿਹੜਾ ਕੋਨਸੈਪਟ ਗੁਰੂ ਸਾਹਿਬ ਨੇ ਸ਼ੁਰੂ ਕੀਤਾ ਉਹ ਜਿਹੜੇ ਸਾਡੇ ਵਰਗੇ ਰੱਜੇ ਨੇ ਉਹਨਾਂ ਤੱਕ ਹੀ ਸੀਮਤ ਨਾ ਰਹਿ ਜਾਏ, ਜਿਹਨਾਂ ਨੂੰ ਵਾਕਿਆ 'ਚ ਹੀ ਲੋੜ ਹੈ ਉੱਥੇ ਤੱਕ ਪਹੁੰਚੇ। ਧੰਨਵਾਦ ਐਂਡ ਬੈਸਟ ਵਿਸ਼ਿਸ਼, ਅਤੇ ਆਸ ਕਰਦੇ ਹਾਂ ਕਿ ਕਮਿਊਨਿਟੀ ਇਸੇ ਤਰੀਕੇ ਨਾਲ ਤੁਹਾਡਾ ਸਾਥ ਦਿੰਦੀ ਰਹੇਗੀ। ਧੰਨਵਾਦ ਐਂਡ ਬੈਸਟ ਵਿਸ਼ਿਸ਼। ਥੈਂਕ ਯੂ ਜੀ।